ਹੜਤਾਲ ਕਰਕੇ ਟੋਲ ਵਾਲਿਆਂ ਨੂੰ ਇੱਕ ਦਿਨ ਦੇ ਵਿੱਚ ਲੱਖਾਂ ਦਾ ਘਾਟਾ ਹੋਇਆ ਹੈ। ਜੇ ਇੰਜੀ ਚੱਲਦਾ ਰਿਹਾ ਤਾਂ 8 ਦਿਨਾਂ ਦੇ ਅੰਦਰ ਇਸ ਕੱਲੇ ਟੋਲ ਨੂੰ 1 ਕਰੋੜ ਰੁਪਏ ਦਾ ਘਾਟਾ ਪੈ ਸਕਦਾ ਹੈ, ਤਾਂ ਲੱਖਾਂ ਰੁਪਏ ਦਾ ਘਾਟਾ ਇੱਕ ਦਿਨ ਦੇ ਵਿੱਚ। ਦੱਸ ਦਈਏ ਕਿ ਇਸ ਟੋਲ ਪਲਾਜ਼ੇ ਤੇ ਹਰ ਰੋਜ਼ 30,000 ਦੇ ਕਰੀਬ ਵਾਹਨ ਲੰਘਦੇ ਸੀ ਤੇ ਬੀਤੇ ਦਿਨ ਜਿਸ ਦਿਨ ਹੜਤਾਲ ਸੀ ਸਿਰਫ 2,000 ਗੱਡੀਆਂ ਲੰਘੀਆਂ, ਜਿਸ ਕਰਕੇ 12 ਤੋਂ 13 ਲੱਖ ਰੁਪਏ ਦਾ ਘਾਟਾ ਸਿਰਫ ਇੱਕ ਦਿਨ ਦੇ ਅੰਦਰ ਹੋਇਆ ਹੈ। ਤੇ ਟੋਲ ਵਾਲੇ ਦਾ ਕਹਿਣਾ ਹੈ ਜੇਕਰ ਅਜਿਹਾ ਚੱਲਦਾ ਰਿਹਾ ਤਾਂ 8 ਦਿਨਾਂ ਦੇ ਅੰਦਰ ਉਹਨਾਂ ਨੂੰ 1 ਕਰੋੜ ਰੁਪਏ ਦਾ ਘਾਟਾ ਪੈ ਸਕਦਾ ਹੈ। ਤਾਂ ਕੇਂਦਰ ਵੱਲੋਂ ਬਣਾਏ ਗਏ ਕਾਨੂੰਨ ਦੇ ਵਿਰੋਧ ਦੇ ਵਿੱਚ ਚੱਲਦਿਆਂ ਟਰੱਕ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਗਈ ਹੈ, ਜਿਸ ਕਾਰਨ ਪੰਪਾਂ ਤੇ ਹਫੜਾ ਦਫੜੀ ਦਾ ਮਾਹੌਲ ਦਿਖਾਈ ਦਿੱਤਾ। ਉੱਥੇ ਹੀ ਅੱਜ ਟੈਕਸੀ ਯੂਨੀਅਨ, ਟਰੱਕ ਯੂਨੀਅਨ, ਬੱਸ ਯੂਨੀਅਨ ਅਤੇ ਵੱਖ ਵੱਖ ਵਰਗਾਂ ਦੇ ਵੱਲੋਂ ਕੇਂਦਰ ਸਰਕਾਰ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕਰਦੇ ਹੋਏ ਹੜਤਾਲ ਜਾਰੀ ਕੀਤੀ ਗਈ ਹੈ। ਫਿਰ ਹਾਈਵੇ ਤੇ ਚੱਕਾ ਜਾਮ ਕੀਤਾ ਗਿਆ ਹੈ, ਜਿਸ ਕਰਕੇ ਰਾਹਗੀਰ ਇੱਕ ਥਾਂ ਤੋਂ ਦੂਸਰੀ ਥਾਂ ਤੇ ਨਹੀਂ ਜਾ ਪਾ ਰਹੇ, ਤੇ ਇਸ ਦਾ ਸਿੱਧਾ ਅਸਰ ਟੋਲ ਵਾਲਿਆਂ ਤੇ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਟੋਲ ਤੋਂ ਰੋਜ਼ਾਨਾ 30,000 ਦੇ ਕਰੀਬ ਇੱਥੋਂ ਗੱਡੀਆਂ ਕ੍ਰਾਸ ਕਰਦੀਆਂ ਸੀ, ਜਿਸ ਦਾ ਟੋਲ ਸਿੱਧਾ ਸਰਕਾਰ ਨੂੰ ਜਾਂਦਾ ਸੀ, ਇਸ ਟੋਲ ਪਲਾਜ਼ੇ ਤੇ ਆਉਂਦਾ ਸੀ। ਤਾਂ ਬੀਤੇ ਦਿਨ ਅਤੇ ਅੱਜ ਹੜਤਾਲ ਦੇ ਚੱਲਦਿਆਂ ਮਹਿਜ਼ ਸਿਰਫ 2,000 ਗੱਡੀਆਂ ਇੱਥੋਂ ਕ੍ਰਾਸ ਹੋਈਆਂ, ਜਿਸ ਕਰਕੇ ਇੱਕ ਦਿਨ ਦੇ ਅੰਦਰ 12 ਤੋਂ 13 ਲੱਖ ਰੁਪਏ ਦਾ ਘਾਟਾ ਹੋਇਆ ਹੈ। ਤੇ ਟੋਲ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ 8 ਦਿਨ ਇਸ ਤਰ੍ਹਾਂ ਲਗਾਤਾਰ ਚੱਲਦਾ ਰਿਹਾ ਤੇ ਉਹਨਾਂ ਨੂੰ 1 ਕਰੋੜ ਰੁਪਏ ਦਾ ਘਾਟਾ ਪੈ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਤੇ ਬਣਿਆ ਹੋਇਆ ਢਿਲਵਾਂ ਟੋਲ ਪਲਾਜ਼ਾ, ਜਿੱਥੇ ਵਾਹਨਾਂ ਦੀ ਆਮਦ ਘਟੀ ਹੋਈ ਦਿਖਾਈ ਦੇ ਰਹੀ ਹੈ। ਪਹਿਲਾਂ ਇੱਥੇ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਸੀ ਗੱਡੀਆਂ ਦੀਆਂ, ਜਿਸ ਕਰਕੇ ਟੋਲ ਵਾਲਿਆਂ ਨੂੰ ਫਾਇਦਾ ਹੁੰਦਾ ਸੀ, ਪਰ ਹੁਣ ਇਹਨਾਂ ਟੋਲ ਵਾਲਿਆਂ ਨੂੰ ਨੁਕਸਾਨ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਹਨਾਂ ਦਾ ਕਹਿਣਾ ਹੈ ਜੇਕਰ ਇਦਾਂ ਹੀ ਚੱਲਦਾ ਰਿਹਾ ਤੇ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਘਾਟਾ ਪੈ ਸਕਦਾ ਹੈ। ਆਓ ਮੈਨੇਜਰ ਦਾ ਕੀ ਕਹਿਣਾ ਟੋਲ ਪਲਾਜ਼ੇ ਦੇ, ਜਾਣਦੇ ਹਾਂ। ਟ੍ਰੈਫਿਕ ਬਹੁਤ ਡਾਊਨ ਰਹਾ ਹੈ, ਜੋ ਹਮਾਰੇ ਯਹਾਂ 30,000 ਕੇ ਕਰੀਬਨ ਟ੍ਰੈਫਿਕ ਥਾ, ਉਹ ਅਭੀ ਕਰੀਬ ਕੱਲ 2,000 ਕੇ ਕਰੀਬਨ ਰਹਾ ਹੈ। 30,000 से सीधा 28,000 ਕੇ ਕਿਆ ਲੱਗਦਾ ਜੋ ਖਰੀਦ ਹੈ ਹਮਾਰਾ, ਕਮ ਸੇ ਕਮ 15-16 ਲੱਖ ਰੁਪਏ ਕਲੈਕਸ਼ਨ ਡਾਊਨ ਗਿਆ ਹੈ। ਨਾਰਮਲੀ ਦਿਨ ਮੇ ਕਿਤਨਾ ਥਾ? ਨਾਰਮਲੀ ਦਿਨ ਮੇ 15-16 ਲੱਖ ਰੁਪਏ ਆਤਾ ਥਾ, ਅਭੀ ਕਿਆ? ਅਭੀ ਕੱਲ ਕਾ 4 ਲੱਖ ਰੁਪਏ ਕਲੈਕਸ਼ਨ ਹੈ। ट्रैफिक बहुत डाउन रहा है, सुबह भी डाउन रहा है, अभी भी ज़्यादा ट्रैफिक अच्छा नहीं है, करीबन करीबन अभी भी डाउन 10,000 ट्रैफिक डाउन ही रहे। क्या सोचते हो ये हड़ताल की वजह से हमारे यहाँ काफ़ी लॉस हुआ है कंपनी को? एक तरफ तो हो रहा है कि कह सकते हैं कि महंगाई हो गई है, महंगाई हुई है वो जनता को लगना चाहिए, पर ये जो सरकार जो कर रही है वो गलत कर रही है, जिसके कारण हमारे हमारे टोल प्लाजा पे भी काफी नुकसान हुआ है। आप अगर बात की जाए तो कैसी गाड़ियां जैसे ध्यान में आती हैं आपके, कोई स्पेशल देखने को रहता है? आप जानते हो कि आम राइडर रहते हैं, आम यात्री रहते हैं, या ज्यादा बसेस रहती हैं, या हैवी व्हीकल रहते हैं, तो कौन सी ट्रैफिक में से कौन से वाहन कम? ज्यादातर हमारे यहाँ हैवी व्हीकल का कलेक्शन ज्यादा आता है, हैवी व्हीकल कम आया आया ही नहीं है, वो तो 1% ही रहा है हैवी व्हीकल में, तो हाँ ट्रक वगैरह 1% में और 10% उसकी रहे बड़ी गाड़ी, ये फोर व्हीलर। बसेस का बस तो आई नहीं, कोई भी बस सब हड़ताल पे थी बस वाले। प्राइवेट बसेस जैसे बहुत प्राइवेट सरकारी हमारे यहाँ करीब 100 बस निकलती हैं, उनमें से कोई बस आई नहीं, 2-4 आई हो तो आई। क्या लगता है कि जैसे यहाँ पे बड़ी कतारें रहती है, अभी तो नॉर्मल चल रहा है? नॉर्मल चल रहा है अभी तो,
हमारे यहाँ काफी ट्रैफिक रहता है, पर वो ट्रैफिक अभी बिल्कुल डाउन है। ऐसे अगर 4 दिन चलता रहा तो क्या सकते हैं 50 लाख 60 लाख? ज्यादा नुकसान होगा, 4 दिन चला तो 40-50 लाख के करीबन नुकसान जाएगा कंपनी को। क्या मन करते हैं केंद्र से? अब हम तो यही चाह रहे हैं कि हमारा थोड़ा इस पे कुछ राहत मिल जाए लोगों को, तो हमारा ट्रैफिक चालू हो जाए, ट्रैफिक चालू हो जाएगा तो हमारा लॉस कम होगा।